जिला गुरदासपुर के पिंड पैरो शाह की सरपंच हरजिंदर कौर का पिंड पुजन उत्ते शानदार स्वागत किया गया। तुहानू दस दिए कि अपने पिंड लई वधिया काम करन दे लई देश दी राष्ट्रपति वलों हरजिंदर कौर नू नैशनल अवार्ड दे नाल सन्मानित किया गया। सन्मानित किते जान तो बाद पिंड पुजन उत्ते पिंड वासियां वलों ढोल वजा के खुशी मनाई गई। सरपंच हरजिंदर कौर ने इस अवार्ड दे लई देश दे राष्ट्रपति अते पंजाब सरकार दा धन्नवाद कीता। उन्हां पंजाब दीआं होरां पंचायतां नूं वी पिंड पद्धर उत्ते सांझ बरकरार रखण दा सुनेहा दित्ता। उन्हां कहा कि भाईचारक सांझ नाल असीं हर मुकाम नूं हासिल कर सकदे हां। पिंड पैरो शाह पंजाब दा इकलौता पिंड है जिसने देश पद्धर उत्ते इह माण हासिल कीता। इस पिंड उत्ते पूरा पंजाब फखर महसूस कर रिहा है। जिले गुरदासपुर का पिंड पैरो शाह जिहड़ा है उस पिंड ने पूरे पंजाब की पछाण जिहड़ी है देश पद्धर दे उत्ते कायम की और पूरे पंजाब का माण जिहड़ा वधाया है। दरअसल इस पिंड की पंचायत नूं पिंड दे लोकां नूं चंगीआं सुख सहूलतां मुहैया कराउण दे बदले जिहड़ा है राष्ट्रपति दे वल्लों कौमी पुरस्कार दे के सन्मानित किया गया है। तां पंचायत पिछले रोज तो जिहड़ी है वह दिल्ली गई हुई सी तां उस नूं कौमी पुरस्कार मिलण तों बाद जिहड़ी है पंचायत अज पिंड पुजी है तां पिंड वासियां दे वल्लों ढोल वजा के फुलां दी बरखा करके जिहड़ा पंचायत का स्वागत किया गया। तो तुसीं देख सकते हो तस्वीरां तुहाडे नाल साझियां करदे हां कि पिंड दा इह सरपंच दा घर है सरपंच हरजिंदर कौर दा जिथे उन्हां दे स्वागत दे लई पिंड वासी जिहड़े ने उन्हां दे परिवारक मैंबर खड़े ने। तां सरपंच साहब भी इस समय जिहड़े ने उह पिंड दे बिलकुल अपने ग्रह दे बाहर जिहड़े उह पहुंच चुके ने। देखदे हां सरपंच साहब तुहानूं पुरस्कार मिलिया जी, बहुत बहुत मुबारकबाद। थैंक यू। ਤੇ ਕਿਸ ਤਰ੍ਹਾਂ ਦਾ ਰਿਹਾ ਜੀ ਉੱਥੇ ਪ੍ਰੋਗਰਾਮ ਜਦੋਂ ਤੁਹਾਨੂੰ ਇਹ ਪੁਰਸਕਾਰ ਮਿਲਿਆ ਵਾ? ਉੱਥੇ ਬਹੁਤ ਵਧੀਆ ਮਾਣ ਮਹਿਸੂਸ ਹੋ ਰਿਹਾ ਸੀ ਕਿ ਜੋ ਪਿੰਡ ਵਿੱਚ ਕੰਮ ਹੋ ਗਿਆ ਵਧੀਆ ਹੋ ਗਿਆ, ਸਾਰੇ ਪਿੰਡ ਦੇ ਸਹਿਯੋਗ ਨੇ ਮੈਂਬਰ ਸਾਹਿਬਾਨਾਂ ਨੇ ਬਹੁਤ ਵਧੀਆ ਕੰਮ ਕੀਤੇ ਨੇ। ਇਸ ਵਾਸਤੇ ਪਿੰਡ ਦੀ ਵੀ ਤਰੱਕੀ ਹੋਈ, ਸਾਫ਼ ਸਫਾਈ ਹੋ ਗਈ ਹੈ। ਇਸ ਵਾਸਤੇ ਮਾਣ ਮਹਿਸੂਸ ਹੋ ਰਿਹਾ ਕਿ ਪ੍ਰੈਜ਼ੀਡੈਂਟ ਕੋਲ ਨਾਮ ਮਿਲਣਾ ਬਹੁਤ ਵੱਡੀ ਮਾਣ ਵਾਲੀ ਗੱਲ ਹੁੰਦੀ ਹੈ। ਦੇਸ਼ ਦੇ ਰਾਸ਼ਟਰਪਤੀ ਨੇ ਤੁਹਾਨੂੰ ਸਨਮਾਨਿਤ ਕੀਤਾ ਜੀ, ਕਦੇ ਆਪਣੇ ਮਨ ਦੇ ਵਿੱਚ ਸੋਚਿਆ ਸੀਗਾ ਕਿ ਜਿਹੜਾ ਦੇਸ਼ ਦੇ ਰਾਸ਼ਟਰਪਤੀ ਤੁਹਾਨੂੰ ਸਨਮਾਨਿਤ ਕਰਨਗੇ ਜੀ? ਪਹਿਲਾਂ ਨਹੀਂ ਸੋਚਿਆ ਜੀ, ਹੁਣ ਚਲੋ ਬਹੁਤ ਵਧੀਆ ਹੋ ਗਿਆ, ਮਾਣ ਮਹਿਸੂਸ ਹੋ ਰਿਹਾ। ਤੁਸੀਂ ਕਿਸ ਨੂੰ ਇਹ ਸਿਹਰਾ ਦਿੰਦੇ ਹੋ ਜਿਹੜੀ ਏਡੀ ਵੱਡੀ ਜਿਹੜੀ ਤੁਹਾਨੂੰ ਪ੍ਰਾਪਤੀ ਹੋਈ ਹੈ ਉਹਦਾ ਸਿਹਰਾ ਕਿਸ ਨੂੰ ਦਿੰਦੇ ਹੋ? ਗੌਰਮੈਂਟ ਸਰਕਾਰ ਨੂੰ ਤੇ ਉੱਪਰਲੀ ਸਰਕਾਰ ਨੂੰ ਹੀ ਬਹੁਤ ਮਾਣ ਕਰ ਰਹੇ ਹਾਂ, ਬਹੁਤ ਵਧੀਆ ਹੋ ਗਿਆ। ਪਿੰਡ ਵਾਸੀਆਂ ਦਾ ਕਿਸ ਤਰ੍ਹਾਂ ਧੰਨਵਾਦ ਕਰਦੇ ਹੋ? ਪਿੰਡ ਵਾਸੀਆਂ ਤਹਿ ਦਿਲੋਂ ਧੰਨਵਾਦ ਕਰ ਰਹੇ ਹਾਂ, ਬਹੁਤ ਖੁਸ਼ੀ ਹੋ ਰਹੀ ਹੈ, ਅੱਜ ਵੀ ਸਹਿਯੋਗ ਮਿਲ ਰਿਹਾ ਬਹੁਤ ਵਧੀਆ। ਤੇ ਅੱਜ ਤੁਹਾਡੇ ਨਾਲ ਜਿਹੜੇ ਤੁਹਾਡੇ ਪੰਚਾਇਤ ਦੇ ਮੈਂਬਰ ਨੇ ਉਹ ਵੀ ਤੁਹਾਡੇ ਨਾਲ ਹੀ ਨੇ ਸਾਰੇ? ਹਾਂਜੀ, ਸਾਰੇ ਮੈਂਬਰ ਨਾਲ ਨੇ, ਬੀਬੀਆਂ ਸਭ ਤਿਆਰ ਲਾਗੇ ਖੜੀਆਂ ਨੇ ਸਭ। ਹਾਂਜੀ, ਬੜੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਤੁਹਾਡੀ ਪੰਚਾਇਤ ਜਿਹੜੀ ਹੈ ਜੀ ਉਹ ਰਾਸ਼ਟਰਪਤੀ ਦੇ ਕੋਲੋਂ ਸਨਮਾਨਿਤ ਹੋ ਕੇ ਆਈ ਹੈ, ਕਿਸ ਤਰ੍ਹਾਂ ਦਾ ਰਿਹਾ ਜੀ ਉਹ ਸਮਾਂ? ਦੇਖੋ ਜੀ, ਉਹ ਬਹੁਤ ਜਿਹੜੇ ਆ ਅਨਮੋਲ ਪਲ ਸਨ। ਜਦੋਂ ਮਾਣਯੋਗ ਦੇਸ਼ ਦਾ ਸਭ ਤੋਂ ਜਿਹੜਾ ਸੀਨੀਅਰ ਸਿਟੀਜ਼ਨ ਹੁੰਦਾ ਉਹ ਮਾਣਯੋਗ ਪ੍ਰੈਜ਼ੀਡੈਂਟ ਹੁੰਦਾ, ਜਦੋਂ ਪ੍ਰੈਜ਼ੀਡੈਂਟ ਸ਼੍ਰੀਮਤੀ ਦਰੋਮਜੀ ਮੁਰਮੂ ਜੀ ਵੱਲੋਂ ਅਵਾਰਡ ਦਿੱਤਾ ਗਿਆ ਸ਼੍ਰੀਮਤੀ ਹਰਜਿੰਦਰ ਕੌਰ ਨੂੰ, ਤਾਂ ਬਹੁਤ ਮਾਣ ਮਹਿਸੂਸ ਹੋਇਆ ਮੈਨੂੰ ਆਪਣੇ ਨਗਰ 'ਤੇ, ਨਗਰ ਦੀਆਂ ਮਹਿਲਾਵਾਂ 'ਤੇ, ਕਿ ਇਹਨਾਂ ਨੇ ਇੱਕਜੁੱਟਤਾ ਦੇ ਨਾਲ ਸਿਰ ਦੇ ਨਾਲ ਸਿਰ ਜੋੜ ਕੇ, ਕੰਧੇ ਦੇ ਨਾਲ ਕੰਧਾ ਮਿਲਾ ਕੇ ਇਹ ਜਿਹੜੀ ਕ੍ਰਾਂਤੀਕਾਰੀ ਕਾਰਜ ਇਸ ਪਿੰਡ ਦੇ ਵਿੱਚ ਕੀਤੇ ਨੇ, ਇਹਨਾਂ ਦੇ ਕੀਤੇ ਹੋਏ ਕਾਰਜਾਂ ਨੇ ਸਮੁੱਚੇ ਦੇਸ਼ ਦੇ ਵਿੱਚ ਇੱਕ ਸੁਨੇਹਾ ਦਿੱਤਾ, ਖਾਸ ਕਰਕੇ ਮਹਿਲਾਵਾਂ ਨੂੰ ਇੱਕ ਵੱਡਾ ਸੁਨੇਹਾ ਦਿੱਤਾ ਕਿ ਜੇਕਰ ਮਹਿਲਾਵਾਂ ਹੀ ਮੋਢੇ ਨਾਲ ਮੋਢਾ ਜੋੜ ਕੇ ਚੱਲ ਪੈਣ ਤੇ ਬਹੁਤ ਵੱਡੇ ਜਿਹੜੇ ਆ ਕ੍ਰਾਂਤੀਕਾਰੀ ਜਿਹੜੇ ਕੰਮ ਨੇ ਉਹ ਪਿੰਡਾਂ ਦੇ ਵਿੱਚ ਹੋ ਸਕਦੇ ਆ। ਸੋ ਇਹ ਸਮੁੱਚੀਆਂ ਮਹਿਲਾਵਾਂ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਰਾਹ ਦਸ਼ੇਰੇ ਦਾ ਰੋਲ ਜਿਹੜਾ ਇਹ ਸਾਡਾ ਅਵਾਰਡ ਬਣੇਗਾ, ਕਿਉਂਕਿ ਅਵਾਰਡ ਨਹੀਂ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਹੁਣ ਵੀ ਇਸ ਨਗਰ 'ਤੇ ਕਿ ਇਸ ਜਿਹੜਾ ਅਵਾਰਡ ਮਿਲਿਆ ਉਹ ਤੁਹਾਨੂੰ ਸਵੱਛਤਾ ਦਾ ਜਿਹੜਾ ਭਾਰਤ ਦਾ ਸਵੱਛਤਾ ਅਭਿਆਨ ਆ ਉਹਦੇ ਤਹਿਤ ਅਵਾਰਡ ਮਿਲਿਆ ਔਰ ਇਸ ਜਿਹੜਾ ਮਾਡਲ ਆ ਇਹਨੂੰ ਬਣਾਈ ਰੱਖਣ ਵਾਸਤੇ ਇਹ ਸਮੁੱਚੇ ਪਿੰਡ ਦੇ ਲੋਕਾਂ ਦਾ ਸਹਿਯੋਗ ਜਿਹੜਾ ਇਸੇ ਤਰ੍ਹਾਂ ਬਣਿਆ ਰਹੇ, ਇਹੀ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ। ਕਿਉਂਕਿ ਸਾਰੇ ਜਿੰਨੇ ਵੀ ਕਾਰਜ ਹੋਏ ਨੇ ਇਹ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਛਤਰ ਸਾਹਿਬ ਦੇ ਹੇਠ ਹੋਏ ਨੇ, ਉਹਨਾਂ ਨੇ ਸੰਗਤਾਂ ਦੇ ਵਿੱਚ ਵਾਸ ਕਰਕੇ ਇਹ ਸਾਰੇ ਕਾਰਜ ਉਹਨਾਂ ਦੇ ਕੋਲੋਂ ਕਰਾਏ। ਕਾਣੂ ਸਾਹਿਬ, ਜਦੋਂ ਇਹ ਸਨਮਾਨ ਸਮਾਰੋਹ ਹੋਇਆ ਹੋਵੇਗਾ ਤੁਸੀਂ ਵੀ ਉੱਥੇ ਹੋਵੋਗੇ, ਜਦੋਂ ਸਰਪੰਚ ਸਾਹਿਬ ਨੂੰ ਇਹ ਪੁਰਸਕਾਰ ਮਿਲਿਆ ਤਾਂ ਉਹ ਪਲ ਕਿਸ ਤਰ੍ਹਾਂ ਦੇ ਸੀਗੇ? ਦੇਖੋ ਜੀ, ਬਹੁਤ ਮਾਣ ਮੱਤੇ ਤੇ ਸਾਡੀ ਜ਼ਿੰਦਗੀ ਦੇ, ਮੈਂ ਸਮਝਦਾ ਕਿ ਇਹੋ ਜਿਹੇ ਪਲ ਹੋ ਸਕਦਾ ਸਾਨੂੰ ਆਉਣ ਵਾਲੇ ਸਮੇਂ 'ਚ ਨਾ ਵੇਖਣ ਨੂੰ ਮਿਲਣ, ਕਿਉਂਕਿ ਪੰਜਾਬ ਵਾਸਤੇ ਮਾਣ ਵਾਲੀ ਗੱਲ ਆ ਕਿ ਜਦੋਂ ਸ਼੍ਰੀਮਤੀ ਆਪਣਾ ਮੁਰਮੂ ਜੀ ਵੱਲੋਂ ਪਹਿਲੇ ਅਵਾਰਡ ਅਨਾਊਂਸ ਕੀਤਾ ਜਾਂਦਾ ਤਾਂ ਪਹਿਲੇ ਅਵਾਰਡ ਜਿਹੜਾ ਉਹ ਸ਼੍ਰੀਮਤੀ ਹਰਜਿੰਦਰ ਕੌਰ ਪਿੰਡ ਪੈਰੋ ਸ਼ਾਹ ਜ਼ਿਲ੍ਹਾ ਗੁਰਦਾਸਪੁਰ ਨੂੰ ਮਿਲਣਾ,
ਇਹ ਸਾਡੇ ਵਾਸਤੇ ਬਹੁਤ ਹੀ ਜਿਹੜੇ ਇਤਿਹਾਸਿਕ ਪਲ ਸਨ। ਬੜੀ ਵੱਡੀ ਪ੍ਰਾਪਤੀ ਹੈ ਜੀ ਸਮਾਜ ਨੂੰ ਜਾਂ ਜਿਹੜੀਆਂ ਪੰਜਾਬ ਦੀਆਂ ਹੋਰ ਪੰਚਾਇਤਾਂ ਉਹਨਾਂ ਦੇ ਲਈ ਕੀ ਮੈਸੇਜ ਦਿਓਗੇ? ਦੇਖੋ ਜੀ ਇਹ ਜਿਹੜੀਆਂ ਮਹਿਲਾਵਾਂ ਨੇ ਅੱਜ ਏਡਾ ਵੱਡਾ ਕ੍ਰਾਂਤੀਕਾਰੀ ਇੱਥੇ ਕੰਮ ਕੀਤੇ ਨੇ ਉਹਦਾ ਸੁਨੇਹਾ ਸਮੁੱਚੇ ਪੰਜਾਬ 'ਚ ਜਾਊਗਾ। ਔਰ ਅੱਜ ਹੀ ਸਾਨੂੰ ਇੱਕ ਲੈਟਰ ਪ੍ਰਾਪਤ ਹੋਇਆ ਕਿ 14 ਤਰੀਕ ਨੂੰ ਹੁਸ਼ਿਆਰਪੁਰ ਦੀਆਂ ਦਸੂਹਾ ਟਾਂਡਾ ਮਕੇਰੀਆਂ ਔਰ ਤਲਵਾੜਾ ਦੀਆਂ ਸਭ ਤੋਂ ਵੱਧ ਜਿਹੜੇ ਸਰਪੰਚ ਆਪਣੇ ਨਾਲ ਮੈਂਬਰ ਪੰਚਾਇਤ ਬੀ ਡੀ ਓ ਸਾਹਿਬਾਨ ਔਰ ਸੈਕਟਰੀ ਸਮੁੱਚਾ ਅਮਲਾ ਫੈਲਾ ਇਸ ਪਿੰਡ ਦਾ ਦੌਰਾ ਕਰਨ ਆ ਰਿਹਾ ਔਰ ਇਸ ਪਿੰਡ ਦੀ ਹੋਰ ਵੀ ਜ਼ਿੰਮੇਦਾਰੀ ਬਣ ਜਾਂਦੀ ਹੈ ਕਿ ਇਸ ਪਿੰਡ ਨੂੰ ਆਪਾਂ ਇਸੇ ਤਰ੍ਹਾਂ ਸਵੱਸਥਾ ਜਿਹੜਾ ਉਹ ਬਣਾ ਕੇ ਰੱਖਣਾ ਅਤੇ ਹੋਰ ਪਿੰਡਾਂ ਨੂੰ ਮੈਂ ਸਮਝਣਾ ਕਿ ਇਸ ਮਾਡਲ ਤੋਂ ਜਿਹੜਾ ਵਾ ਵੱਡੀ ਇੱਕ ਅਹਿਮ ਰੋਲ ਮਿਲੂਗਾ ਕਿ ਜੇਕਰ ਆਪਾਂ ਚਾਹੀਏ ਤਾਂ ਪਿੰਡਾਂ ਦੇ ਵਿੱਚ ਜਿਵੇਂ ਦਾ ਵੀ ਤੁਸੀਂ ਲੋਕ ਸੋਚਦੇ ਹੋ ਉਹੋ ਜਿਹੇ ਕੰਮ ਹੋ ਸਕਦੇ ਆ, ਲੇਕਿਨ ਉਹਦੇ ਵਾਸਤੇ ਏਕਤਾ ਇਤਫਾਕ ਅਤੇ ਤੁਹਾਡਾ ਆਪਸੀ ਭਾਈਚਾਰਾ ਜਿਹੜਾ ਉਹ ਸਭ ਤੋਂ ਅੱਗੇ। ਕਾਲੂ ਸਾਹਿਬ ਇਸ ਸਨਮਾਨ ਦੇ ਬਾਅਦ ਕੋਈ ਉਹਨਾਂ ਨੇ ਕੋਈ ਸਹਾਇਤਾ ਵਿੱਤੀ ਤੌਰ 'ਤੇ ਕੋਈ ਫੰਡ ਵੀ ਉਹਨਾਂ ਨੇ ਉੱਥੇ ਅਨਾਊਂਸ ਕੀਤਾ ਜੀ? ਦੇਖੋ ਜੀ ਫੰਡਾਂ ਦੀ ਕਮੀ ਤਾਂ ਗ੍ਰਾਮ ਪੰਚਾਇਤ ਪੇਰੋ ਸ਼ਾਹ ਨੂੰ ਪਹਿਲਾਂ ਨਹੀਂ ਆਈ, ਇਹ ਉਦੋਂ ਵੀ ਨਹੀਂ ਆਈ, ਅੱਜ ਮੈਂ ਕਹਿਣਾ ਨਹੀਂ ਚਾਹੁੰਦਾ, ਲੇਕਿਨ ਪਿਛਲਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੱਲੋਂ ਪਿਛਲੇ ਸਮੇਂ ਦੇ ਵਿੱਚ ਇਸ ਪਿੰਡ ਵੱਲ ਪਿੱਠ ਕਰਕੇ ਰੱਖੀ ਔਰ 5 ਸਾਲਾਂ ਦੇ ਵਿੱਚੋਂ ਮਹਿਜ 2 ਲੱਖ ਰੁਪਈਆ ਜਿਹੜਾ ਆਰ ਡੀ ਐਫ ਹੁੰਦਾ ਸਿਰਫ ਦਿੱਤਾ ਔਰ ਇਹ ਪਿੰਡ ਦੇ ਨਾਲ ਵੱਡਾ ਵਿਤਕਰਾ ਕੀਤਾ। ਲੇਕਿਨ ਪੰਜਾਬ ਸਰਕਾਰ ਸਮੁੱਚੇ ਅਫਸਰ ਸਾਹਿਬਾਨ ਸਮੁੱਚੇ ਡਿਪਾਰਟਮੈਂਟਾਂ ਦਾ ਇਸ ਪਿੰਡ ਨੂੰ ਇਸ ਕਰਕੇ ਸਹਿਯੋਗ ਸੀ ਕਿ ਮਹਿਲਾਵਾਂ ਬਹੁਤ ਸਹਿਯੋਗੀ ਇਹਨਾਂ ਕੰਮ ਆਪਣੇ ਆਪ ਕੀਤੇ ਔਰ ਜਿੰਨੇ ਵੀ ਇੱਥੋਂ ਪ੍ਰੋਜੈਕਟ ਅਸੀਂ ਬਣਾ ਕੇ ਭੇਜਦੇ ਸੀ ਜੋ ਪੰਚਾਇਤ ਦਾ ਮਤਾ ਮੈਂ ਸਮਝਿਆ ਕਿ ਦੇਸ਼ ਦਾ ਕਾਨੂੰਨ ਬਣ ਜਾਂਦਾ, ਜੋ ਅਸੀਂ ਪ੍ਰੋਜੈਕਟ ਬਣਾ ਕੇ ਭੇਜਦੇ ਸੀ ਸਰਕਾਰ ਉਹਨੂੰ ਇਨ ਬਿਨ ਸਾਨੂੰ ਮਹਿਕਮੇ ਲਾਗੂ ਕਰਦੇ ਰਹੇ ਨੇ। ਸੋ ਇਹ ਇਸ ਵੇਲੇ ਜਿਹੜਾ ਰਾਸ਼ਟਰਪਤੀ ਵਾਰਡ ਹੈ ਇਹ ਸਾਡੇ ਵਾਸਤੇ ਬਹੁਤ ਵੱਡੀ ਰਾਸ਼ੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਪ੍ਰੋਜੈਕਟ ਅਸੀਂ ਬਣਾ ਕੇ ਭੇਜਾਂਗੇ ਅਤੇ ਮੈਨੂੰ ਆਸ ਹੈ ਕਿ ਉਹ ਬਤੌਰ ਇੱਕ ਅੱਜ ਅਵਾਰਡ ਦਾ ਸਾਡੇ ਨਾਲ ਥੱਪਾ ਲੱਗ ਗਿਆ ਅਤੇ ਸਾਡੇ ਜਿਹੜੇ ਕਾਰਜ ਵਾ ਹੋਰ ਵੀ ਵਧੀਆ ਢੰਗ ਦੇ ਨਾਲ ਹੋਣਗੇ। ਪੰਜਾਬ ਸਰਕਾਰ ਦਾ ਔਰ ਸੈਂਟਰ ਗੌਰਮੈਂਟ ਦਾ ਜਾਂ ਰਾਸ਼ਟਰਪਤੀ ਸਾਹਿਬ ਦਾ ਕਿਸ ਤਰ੍ਹਾਂ ਤੁਸੀਂ ਧੰਨਵਾਦ ਕਰਨਾ ਚਾਹੋਗੇ ਜੀ? ਦੇਖੋ ਜੀ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਕੋਲ ਸਵੱਛ ਭਾਰਤ ਅਭਿਆਨ ਜਿਹੜਾ ਉਹਨਾਂ ਨੇ ਚਲਾਇਆ ਅਤੇ ਉਹ ਇੱਕ ਬਹੁਤ ਵੱਡਾ ਕਾਰਜ ਆ। ਉਸ ਤੋਂ ਬਾਅਦ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦਾ ਵੀ ਸੁਪਨਾ ਕਿ ਸਾਰੇ ਮੇਰੇ ਪਿੰਡ ਮਾਡਲ ਹੋਣੇ ਚਾਹੀਦੇ ਆ ਔਰ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਇਸ ਹਲਕੇ ਦਾ ਵਿਧਾਇਕ ਸਰਦਾਰ ਅਮਰਪਾਲ ਸਿੰਘ ਕਿਸ਼ਨਕੋਟ ਨੂੰ ਜਿੱਦਣ ਹੀ ਪਤਾ ਲੱਗਿਆ ਕਿ ਅਨਾਊਂਸ ਹੋਇਆ ਉਹ ਤੁਰੰਤ ਇੱਥੇ ਪਿੰਡ ਦੇ ਵਿੱਚ ਪਹੁੰਚਿਆ ਔਰ ਸਮੁੱਚੀ ਪੰਚਾਇਤ ਦੇ ਨਾਲ ਖੁਸ਼ੀ ਸਾਂਝੀ ਕਰਕੇ ਗਿਆ। ਸੋ ਇੱਥੋਂ ਅੰਦਾਜ਼ਾ ਆਪਾਂ ਲਾ ਸਕਦੇ ਹਾਂ ਕਿ ਜਿਹੜੀਆਂ ਪੰਚਾਇਤਾਂ ਜਿਹੜੇ ਲੋਕ ਕੰਮ ਕਰਨਗੇ ਸਰਕਾਰ ਉਹਨਾਂ ਦੇ ਪਿੱਠ ਦੇ ਪਿੱਛੇ ਖੜੀ ਹੈ। ਤਾਂ ਇਹ ਸਨ ਮਾਸਟਰ ਸੁਖਰਾਜ ਸਿੰਘ ਕਾਲੋਂ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਆ ਔਰ ਇਹਨਾਂ ਨੇ ਕਿਹਾ ਹੈ ਕਿ ਬਾਕੀ ਪੰਚਾਇਤਾਂ ਨੂੰ ਵੀ ਇਹ ਮੈਸੇਜ ਦਿੱਤਾ ਕਿ ਆਪਸੀ ਭਾਈਚਾਰਕ ਸਾਂਝ ਬਣਾ ਕੇ ਜਿਹੜੇ ਇਸ ਤਰ੍ਹਾਂ ਦੇ ਕੰਮ ਨੇ ਉਹ ਪਿੰਡ ਦੇ ਵਿੱਚ ਕੀਤੇ ਜਾ ਸਕਦੇ ਨੇ। ਤਾਂ ਤੁਹਾਨੂੰ ਇੱਕ ਵਾਰੀ ਦੱਸ ਦਈਏ ਕਿ ਇਸ ਪਿੰਡ ਨੇ ਜਿਹੜਾ ਹੈ ਉਹ ਥਾਪਰ ਮਾਡਲ ਜਿਹੜਾ ਵਾਟਰ ਟ੍ਰੀਟਮੈਂਟ ਪ੍ਰੋਜੈਕਟ ਆਪਣੇ ਪਿੰਡ ਦੇ ਵਿੱਚ ਲਗਾਇਆ ਸੀਗਾ ਤਾਂ ਪੂਰੇ ਪਿੰਡ ਦਾ ਜਿਹੜਾ ਵੇਸਟ ਪਾਣੀ ਹੈ ਉਸ ਨੂੰ ਸਾਫ਼ ਕਰਕੇ ਇਹਨਾਂ ਦੇ ਵੱਲੋਂ ਖੇਤੀਬਾੜੀ ਸਿੰਚਾਈ ਦੇ ਲਈ ਉਸ ਪਾਣੀ ਨੂੰ ਵਰਤਿਆ ਜਾਂਦਾ ਔਰ ਇਸ ਦੇ ਨਾਲ ਇਹਨਾਂ ਦੇ ਵੱਲੋਂ ਗਿੱਲਿਆ ਕੂੜਾ ਜਿਹੜਾ ਪਿੰਡ ਦਾ ਹੈ ਉਸ ਨੂੰ ਇਕੱਠਾ ਕਰਕੇ ਉਸ ਤੋਂ ਰਸਾਇਣਿਕ ਖਾਦ ਤਿਆਰ ਕੀਤੀ ਜਾਂਦੀ ਹੈ ਔਰ ਉਸ ਖਾਦ ਨੂੰ ਬਾਗਬਾਨੀ ਸਬਜ਼ੀਆਂ ਅਤੇ ਹੋਰ ਵਰਤੋਂ ਦੇ ਲਈ ਜਿਹੜਾ ਹੈ ਉਹ ਵੇਚਿਆ ਜਾਂਦਾ ਹੈ। ਤਾਂ ਇਸ ਪਿੰਡ ਦੀ ਜਿਹੜੀ ਕਾਰਗੁਜ਼ਾਰੀ ਹੈ ਔਰ ਬਹੁਤ ਹੋਰ ਵੀ ਇਸ ਤੋਂ ਇਲਾਵਾ ਜਿਹੜੀਆਂ ਚੰਗੀਆਂ ਸਹੂਲਤਾਂ ਨੇ ਇਸ ਪੰਚਾਇਤ ਦੇ ਵੱਲੋਂ ਜਿਹੜੀਆਂ ਪਿੰਡ ਵਾਸੀਆਂ ਨੂੰ ਮੁਹੱਈਆ ਕਰਵਾਈਆਂ ਗਈਆਂ ਨੇ ਜਿਸ ਦੇ ਮੱਦੇਨਜ਼ਰ ਇਹਨਾਂ ਨੂੰ ਰਾਸ਼ਟਰਪਤੀ ਦੇ ਵੱਲੋਂ ਕੌਮੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਜਗਬਣੀ ਟੀਵੀ ਦੇ ਲਈ ਕੈਪਟਨ ਸਿੰਘ ਮਹਿਤਾ ਚੌਂਕ ਅੰਮ੍ਰਿਤਸਰ।